ਪਿਛਲੀ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕੀਤਾ ਸੀ ਨਾਹਰਗੜ੍ਹ ਫੋਰਟ ਨੂੰ। ਇਸ ਵਿੱਚ ਬਹੁਤ ਹੀ ਅਲੱਗ ਅਲੱਗ ਚੀਜ਼ਾਂ ਨੇ ਦੇਖਣ ਨੂੰ। ਇਸ ਦੇ ਵਿੱਚ 9 ਮਹਿਲ ਨੇ ਜੋ ਕਿ ਕੁਛ ਇਸ ਤਰ੍ਹਾਂ ਡਿਜ਼ਾਈਨ ਨੇ ਕਿ ਤੁਸੀਂ ਦੱਸ ਨਹੀਂ ਸਕਦੇ ਅਸੀਂ ਕਿਹੜੇ ਮਹਿਲ ਦੇ ਵਿੱਚ ਖੜ੍ਹੇ ਹਾਂ। ਇਹ ਇੱਕ ਭੂਲ ਭੁਲੱਈਆ ਦੀ ਤਰ੍ਹਾਂ ਬਣਾਏ ਹੋਏ ਨੇ ਨਾਹਰਗੜ੍ਹ ਫੋਰਟ ਦੇ ਅੰਦਰ। ਇਸ ਵਿੱਚ ਬਹੁਤ ਹੀ ਸੋਹਣਾ ਸਨਸੈਟ ਪੁਆਇੰਟ ਵੀ ਬਣਿਆ ਹੋਇਆ। ਜੇਕਰ ਤੁਸੀਂ ਉਹ ਵੀਡੀਓ ਦੇਖਣੀ ਹੈ ਤਾਂ ਸਾਡੇ ਚੈਨਲ 'ਤੇ ਜਾ ਕੇ ਉਹ ਵੀਡੀਓ ਵੀ ਦੇਖ ਸਕਦੇ ਹੋ ਜੀ। ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਮੈਂ ਸਪ੍ਰੀਤ ਸਿੰਘ ਤੁਹਾਡਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਉੱਪਰ ਸਵਾਗਤ ਕਰਦਾ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵਿਜ਼ਿਟ ਕਰਨ ਜਾ ਰਹੇ ਹਾਂ ਐਲਬਰਟ ਹਾਲ ਮਿਊਜ਼ੀਅਮ ਨੂੰ, ਜੋ ਕਿ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਜੀ। ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਇਸ ਦੇ ਵਿੱਚ 2300 ਸਾਲ ਪੁਰਾਣੀ ਇੱਕ ਲੇਡੀ ਦੀ ਮਮੀ ਪਈ ਹੈ ਜੋ ਕਿ ਇਜਿਪਟ ਤੋਂ ਲਿਆਂਦੀ ਗਈ ਸੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸਨੂੰ ਦੇਖਾਂਗੇ। ਜੇਕਰ ਤੁਸੀਂ ਸਾਡੀ ਜੈਪੁਰ ਦੀ ਸੀਰੀਜ਼ ਵਿੱਚ ਨਾਹਰਗੜ੍ਹ ਫੋਰਟ, ਅਮੀਰ ਫੋਰਟ, ਹਵਾ ਮਹਿਲ ਨੂੰ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਸਾਰੀ ਪਲੇਲਿਸਟ ਸਾਡੇ ਚੈਨਲ ਉੱਤੇ ਬਣੀ ਹੋਈ ਹੈ ਜੀ, ਤੁਸੀਂ ਉਹਨਾਂ ਨੂੰ ਜਾ ਕੇ ਦੇਖ ਸਕਦੇ ਹੋ। ਆਓ ਹੁਣ ਆਪਾਂ ਚੱਲਦੇ ਹਾਂ ਇਸ ਐਲਬਰਟ ਹਾਲ ਮਿਊਜ਼ੀਅਮ ਨੂੰ ਵਿਜ਼ਿਟ ਕਰਦੇ ਹਾਂ। ਜੇਕਰ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ। ਸਾਡੇ ਚੈਨਲ ਨੂੰ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਕੋਈ ਕੁਐਸਚਨ ਜਾਂ ਫਿਰ ਸੁਜੈਸ਼ਨ ਲਿਖ ਸਕਦੇ ਹੋ ਜੀ। ਤੁਹਾਡੇ ਸੁਜੈਸ਼ਨ ਦੇ ਨਾਲ ਅਸੀਂ ਵੀਡੀਓ ਇੰਪਰੂਵ ਕਰ ਸਕਦੇ ਹਾਂ ਅਤੇ ਤੁਹਾਡੇ ਕਮੈਂਟ ਦੇ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਜੀ। ਇਸ ਲਈ ਵੀਡੀਓ ਨੂੰ ਲਾਈਕ ਅਤੇ ਵੀਡੀਓ ਥੱਲੇ ਕਮੈਂਟ ਕਰਨਾ ਨਾ ਭੁੱਲਿਓ ਜੀ। ਇੰਡੀਅਨ ਸਿਟੀਜ਼ਨ ਦਾ ਤੁਸੀਂ ਦੇਖ ਸਕਦੇ ਹੋ, ਕੰਪੋਸਟ ਟਿਕਟ ਹੈ। ਟਿਕਟ ਵਿੰਡੋ, ਟਿਕਟ ਫੀਸ ਤੁਸੀਂ ਦੇਖ ਸਕਦੇ ਹੋ ਜੀ। ਇੰਡੀਅਨ ਸਿਟੀਜ਼ਨ ਲਈ 52 ਰੁਪੀਸ ਅਤੇ ਜੇ ਅਗਰ ਤੁਸੀਂ ਗਾਈਡ ਲੈਣਾ ਤਾਂ ਉਹਦੀ ਇਨਫੋਰਮੇਸ਼ਨ ਇਹ ਹੈ ਜੀ, 1-4 ਪਰਸਨ ਲਈ ਗਾਈਡ 400 ਰੁਪੀਸ ਦਾ ਜੀ। ਇਹ ਹੈ ਜੀ ਐਲਬਰਟ ਹਾਲ ਮਿਊਜ਼ੀਅਮ। ਜੇਕਰ ਆਪਾਂ ਟੀਵੀ 'ਤੇ ਡਾਕੂਮੈਂਟਰੀ ਕਰਨੀ ਹੈ ਜਾਂ ਕੋਈ ਫਿਲਮ ਦੀ ਸ਼ੂਟਿੰਗ ਕਰਨੀ ਹੈ, ਪ੍ਰੀ ਵੈਡਿੰਗ ਹੈ, ਪੋਸਟ ਵੈਡਿੰਗ ਕਰਨੀ ਹੈ, ਉਹਨਾਂ ਦੇ ਪ੍ਰਾਈਸਿਸ ਲਿਖੇ ਹੋਏ ਨੇ ਜੀ, ਤੁਸੀਂ ਪੜ੍ਹ ਸਕਦੇ ਹੋ। ਅਤੇ ਜੇਕਰ ਆਪਾਂ ਕੋਈ ਐਜੂਕੇਸ਼ਨਲ ਟ੍ਰਿਪ ਸਕੂਲ ਨੇ ਲੈ ਕੇ ਆਉਣਾ ਤਾਂ ਉਹਦਾ ਇਹ ਫੋਰਮ ਹੈ ਜੀ। ਤੁਸੀਂ ਇੱਦਾਂ ਇੱਕ ਪ੍ਰੋਪਰ ਲੈਟਰ ਦਊਂਗੇ ਅਤੇ ਤੁਸੀਂ ਅੰਦਰ ਆਪਣਾ ਐਜੂਕੇਸ਼ਨਲ ਟ੍ਰਿਪ ਲੈ ਆ ਸਕਦੇ ਹੋ ਜੀ। ਆਓ ਚਲੀਏ ਜੀ ਹੁਣ ਆਪਾਂ ਅੰਦਰ ਨੂੰ। ਇਸ ਸਾਈਡ ਤੋਂ ਹੁੰਦੀ ਹੈ ਜੀ ਐਂਟਰੀ ਐਲਬਰਟ ਹਾਲ ਮਿਊਜ਼ੀਅਮ ਦੇ ਵਿੱਚ ਜੀ। ਬਹੁਤ ਵੱਡਾ ਮਿਊਜ਼ੀਅਮ ਅਤੇ ਬਹੁਤ ਸੋਹਣਾ ਮਿਊਜ਼ੀਅਮ ਬਣਿਆ ਹੋਇਆ ਜੀ। ਜੇਕਰ ਤੁਸੀਂ ਜੈਪੁਰ ਦੇ ਫੋਰਟ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੀ ਪੂਰੀ ਵੀਡੀਓ ਅਸੀਂ ਸਾਡੇ ਚੈਨਲਸ 'ਤੇ ਜਾ ਕੇ ਦੇਖ ਸਕਦੇ ਹੋ ਜੀ। ਐਲਬਰਟ ਹਾਲ ਮਿਊਜ਼ੀਅਮ ਸਰਾਊਂਡ ਹੁੰਦਾ ਹੈ ਬਹੁਤ ਹੀ ਸੋਹਣੇ ਗਾਰਡਨ ਦਾ। ਤੁਸੀਂ ਦੇਖ ਸਕਦੇ ਹੋ ਸਾਹਮਣੇ ਗਾਰਡਨ ਵੀ ਹੈ, ਸਾਹਮਣੇ ਰੋਡ ਦੇਖ ਸਕਦੇ ਹੋ ਤੁਸੀਂ। ਇਸ ਸਾਈਡ ਤੋਂ ਹੁੰਦੀ ਹੈ ਜੀ ਐਂਟਰੀ। ਇੱਥੇ ਮਿਊਜ਼ਿਕ ਵੀ ਚੱਲਦਾ ਹੈ ਜੀ, ਆਹ ਸਪੀਕਰ ਦੇਖ ਸਕਦੇ ਹੋ ਤੁਸੀਂ, ਮਿਊਜ਼ਿਕ ਚੱਲਦਾ ਰਹਿੰਦਾ ਜਿਸ ਨਾਲ ਆਪਣਾ ਐਕਸਪੀਰੀਅੰਸ ਜਿਹੜਾ ਐਲਬਰਟ ਹਾਲ ਮਿਊਜ਼ੀਅਮ ਨੂੰ ਦੇਖਣ ਦਾ ਉਹ ਇਨਹੈਂਸ ਹੁੰਦਾ ਜੀ। ਇਹ ਹੈ ਜੀ ਐਲਬਰਟ ਹਾਲ ਮਿਊਜ਼ੀਅਮ। ਆਓ ਜੀ ਹੁਣ ਆਪਾਂ ਅੰਦਰ ਚੱਲਦੇ ਹਾਂ ਐਲਬਰਟ ਹਾਲ ਮਿਊਜ਼ੀਅਮ ਦੇ। ਇਸ ਸਾਈਡ ਤੋਂ ਜੀ ਟਿਕਟ ਚੈੱਕ ਹੁੰਦੀ ਹੈ। ਹੁਣ ਆਪਾਂ ਐਂਟਰ ਹੋ ਚੁੱਕੇ ਹਾਂ ਐਲਬਰਟ ਹਾਲ ਮਿਊਜ਼ੀਅਮ ਦੇ ਅੰਦਰ ਜੀ।
ਬਹੁਤ ਸੋਹਣਾ ਮਿਊਜ਼ੀਅਮ ਬਣਿਆ ਹੋਇਆ ਜੀ। ਆਓ ਚਲੀਏ ਜੀ, ਇੱਥੇ ਆਪਾਂ ਜੈਪੁਰ ਦੇ ਰਾਜੇ ਮਹਾਰਾਜਿਆਂ ਦੀ ਹਿਸਟਰੀ ਐਕਸਪਲੋਰ ਕਰ ਸਕਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਵਿਜ਼ਿਟ ਕਰਾਂਗੇ ਕਾਰਪੇਟ ਗੈਲਰੀ। ਪੁਰਾਣੇ ਸਮੇਂ ਦੇ ਵਿੱਚ ਰਾਜਾ ਮਹਾਰਾਜਾ ਜਿਹੜੇ ਕਾਰਪੇਟ ਯੂਜ਼ ਕਰਦੇ ਸਨ, ਵਿਛਾਉਂਦੇ ਸਨ, ਉਹ ਇਸ ਜਗ੍ਹਾ 'ਤੇ ਡਿਸਪਲੇ ਕੀਤੇ ਹੋਏ ਹਨ ਜੀ। ਤੁਸੀਂ ਇਸ ਜਗ੍ਹਾ 'ਤੇ ਆ ਕੇ ਦੇਖ ਸਕਦੇ ਹੋ। ਆਓ ਚਲੀਏ ਜੀ ਅੱਗੇ ਨੂੰ। ਇੱਥੇ ਆਪਾਂ ਕਲਾ ਦੇਖ ਸਕਦੇ ਹਾਂ ਜੋ ਕਿ ਵਰਲਡ ਲੈਵਲ ਤੇ ਕੀਤੀ ਹੋਈ ਹੈ ਜੀ। ਹੁਣ ਆਪਾਂ ਦੇਖ ਸਕਦੇ ਹਾਂ ਯੂਰਪੀਅਨ ਕਲਾ ਜੋ ਕਿ 19th century ਦੀ ਹੈ। ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਹੈਂਡਮੇਡ ਬਣਾਇਆ ਗਿਆ ਸੀ, ਤਰਾਸ਼ਿਆ ਗਿਆ ਸੀ। ਇਹ ਤੁਸੀਂ ਦੇਖ ਸਕਦੇ ਹੋ, ਇਹ ਯੂਰਪੀਅਨ ਪੇਂਟਿੰਗ ਇਸ ਹੈਲਬਰਟ ਹਾਲ ਮਿਊਜ਼ੀਅਮ ਦੇ ਵਿੱਚ ਡਿਸਪਲੇ ਕੀਤੀਆਂ ਹੋਈਆਂ ਨੇ ਜੀ। ਐਲਬਰਟ ਹਾਲ ਮਿਊਜ਼ੀਅਮ ਦੇ ਵਿੱਚ ਜਿਹੜੇ ਵੀ ਆਪਾਂ ਸਕਲਪਚਰ ਸਟੈਚੂਸ ਦੇਖਾਂਗੇ ਉਹਨਾਂ ਤੁਸੀਂ ਧਿਆਨ ਨਾਲ ਦੇਖਿਓ, ਜਿਹੜੇ ਡਿਜ਼ਾਈਨਸ ਬਣਾਏ ਗਏ ਨੇ ਕਿੰਨੇ ਪ੍ਰੋਪਰ ਤਰੀਕੇ ਨਾਲ, ਕਿੰਨੀ ਬਰੀਕੀ ਦੇ ਨਾਲ ਡਿਜ਼ਾਈਨ ਕੀਤੇ ਗਏ ਨੇ। ਇਹ ਜਿਹੜਾ ਚੀਜ਼ ਬਣਾਈ ਹੋਈ ਹੈ ਇਹ ਪੂਰੀ ਲੱਕੜ ਦੀ ਬਣੀ ਹੋਈ ਹੈ ਔਰ ਇੱਕ ਘੰਟੇ ਦੀ ਤਰ੍ਹਾਂ ਦਰਸਾ ਰਹੀ ਹੈ ਕਿ ਇੱਕ ਘੰਟਾ ਉਸ ਟਾਈਮ। ਐਲਬਰਟ ਹਾਲ ਮਿਊਜ਼ੀਅਮ ਦੇ ਵਿੱਚ ਈਰਾਨ ਤੋਂ ਇੰਪੋਰਟਡ ਪ੍ਰਿੰਟਡ ਟਾਈਲਸ ਆਪਾਂ ਦੇਖ ਸਕਦੇ ਹਾਂ ਜੀ। ਪ੍ਰਿੰਟਡ ਟਾਈਲਸ ਨੇ ਈਰਾਨ ਤੋਂ। ਗਲਾਸ ਤੇ ਵਾਸ ਦੇਖ ਸਕਦੇ ਹੋ ਤੁਸੀਂ। ਹੁਣ ਜੀ ਆਪਾਂ ਜਲੰਧਰ ਦੇ ਬਰਤਨ ਦੇਖ ਸਕਦੇ ਹਾਂ, ਟਾਇਲ ਪੈਨਲ, ਮਲਟੀ ਕਲਰ ਟਾਇਲ। ਪੁਰਾਣੇ ਸਮੇਂ ਦੇ ਵਿੱਚ ਜਦੋਂ ਵੀ ਮੰਦਿਰ ਦਾ ਨਿਰਮਾਣ ਹੁੰਦਾ ਸੀ ਤਾਂ ਲੈਫਟ ਸਾਈਡ ਦੀ ਸ਼ਾਖਾ ਦੀਵਾਰ ਦੇ ਵਿੱਚ ਜਿਹੜਾ ਡੋਰ ਸੀਗਾ ਉਸ ਸਮੇਂ ਰਿਜ ਸਾਈਡ ਦੀ ਸ਼ਾਖਾ ਇਸ ਤਰ੍ਹਾਂ ਦੀ ਡਿਜ਼ਾਇਨ ਕੀਤੀ ਜਾਂਦੀ ਸੀ। ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਜੀ, ਇੱਥੇ ਤੁਸੀਂ ਵੱਖ ਵੱਖ ਤਰ੍ਹਾਂ ਦੇ ਸਕਲਪਚਰ ਸਟੈਚੂਸ ਦੇਖ ਸਕਦੇ ਹੋ। 4th century ਦੀ ਇਹ ਮੂਰਤੀ ਹੈ ਜੀ, ਤੁਸੀਂ ਦੇਖ ਸਕਦੇ ਹੋ। ਇੱਥੇ ਪੁਰਾਣੀ ਇਜਿਪਸ਼ੀਅਨ ਮੰਮੀ ਵੀ ਪਈ ਹੈ, ਆਪਾਂ ਉਹਨੂੰ ਵੀ ਦੇਖਾਂਗੇ ਜੀ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਮੋਨੀ ਸੁਵਰਤਨਾਥ ਤੁਸੀਂ ਦੇਖ ਸਕਦੇ ਹੋ ਜੀ। ਵਾਮਨ ਵਿਸ਼ਨੂੰ ਚੋ
4th ਸੈਂਚਰੀ ਦੀ ਇਹ ਮੂਰਤੀ ਹੈ ਜੀ ਬੁੱਧਾ ਜੀ ਦੀ, ਪਰ ਇਹਦਾ ਉੱਪਰਲਾ ਜਿਹੜਾ ਸਿਰ ਸੀਗਾ ਉਹ ਟੁੱਟ ਚੁੱਕਿਆ ਜੀ। ਹੁਣ ਆਪਾਂ ਜਿਸ ਗੈਲਰੀ ਨੂੰ ਵਿਜ਼ਿਟ ਕਰਨ ਜਾ ਰਹੇ ਹਾਂ, ਇਸ ਦੇ ਵਿੱਚ ਮਾਡਰਨ ਅਤੇ ਪੁਰਾਣੇ ਜਿਹੜੇ ਅਸਤਰ ਸ਼ਸਤਰ ਨੇ, ਵੈਪਨਸ ਨੇ, ਉਹ ਲਗਾਏ ਗਏ ਨੇ ਜੀ। ਹੁਣ ਆਪਾਂ ਦੇਖ ਸਕਦੇ ਹਾਂ 19th ਸੈਂਚਰੀ ਦਾ ਵਾਸ਼ ਬੇਸਿਨ। ਹੁਣ ਆਪਾਂ ਦੇਖ ਸਕਦੇ ਹਾਂ ਜੀ 19th ਸੈਂਚਰੀ ਦੀ ਸ਼ੀਲਡ, ਜਿਸ ਉੱਪਰ ਜੈਪੁਰ ਦੇ ਕਾਰੀਗਰਾਂ ਨੇ ਮਹਾਭਾਰਤ ਦੇ ਦ੍ਰਿਸ਼ਾਂ ਦਰਸਾਇਆ ਜੀ, ਅਤੇ ਇਸ ਸ਼ੀਲਡ ਉੱਪਰ ਰਾਮਾਇਣ ਦੇ ਦ੍ਰਿਸ਼ਾਂ ਨੂੰ ਦਰਸਾਇਆ ਹੋਇਆ ਜੀ। ਇਹਨਾਂ ਸਾਰੇ ਓਰਨਾਮੈਂਟਸ ਦੇ ਉੱਪਰ ਰਾਮਾਇਣ ਦੇ ਦ੍ਰਿਸ਼ਾਂ ਨੂੰ ਦਰਸਾਇਆ ਹੋਇਆ ਜੀ। ਹੁਣ ਆਪਾਂ ਗਰੁੜ ਦੇ ਦਰਸ਼ਨ ਕਰ ਸਕਦੇ ਹਾਂ ਜੀ। ਗਰਾਊਂਡ ਫਲੋਰ ਆਪਾਂ ਵਿਜ਼ਿਟ ਕਰ ਲਿਆ ਜੀ, ਆਓ ਚਲੀਏ ਹੁਣ ਆਪਾਂ ਫਸਟ ਫਲੋਰ ਵੱਲ ਜੀ, ਜਿੱਥੇ ਕੋਇਨਸ, ਮਾਰਬਲ ਆਰਟ ਪ੍ਰਿਜ਼ਰਵ ਕਰਕੇ ਰੱਖੀਆਂ ਹੋਈਆਂ ਨੇ ਜੀ। ਆਓ ਚਲੀਏ। ਜੈਨ ਧਰਮ ਦੇ ਜਿਹੜੇ 24 ਗੁਰੂਜ਼ ਹੋਏ ਸਨ ਉਹਨਾਂ ਨੂੰ ਇੱਥੇ ਡਿਸਪਲੇ ਕੀਤਾ ਹੋਇਆ ਜੀ। ਤੁਸੀਂ ਦੇਖ ਸਕਦੇ ਹੋ ਸਕਰੀਨ ਉੱਪਰ। ਹੁਣ ਆਪਾਂ ਜਿਹੜੀ ਗੈਲਰੀ ਦੇਖ ਰਹੇ ਹਾਂ ਇਹ ਸਾਰੀ ਇਜਿਪਟ ਦੇ ਬੇਸਡ ਹੈ। ਇਜਿਪਟ ਦੀ ਮਮੀ ਵੀ ਇੱਥੇ ਪਈ ਹੈ, ਆਪਾਂ ਉਹਨੂੰ ਵੀ ਦੇਖਦੇ ਹਾਂ ਜੀ। ਤੁਸੀਂ ਸਟੈਚੂਸ ਦੇਖ ਸਕਦੇ ਹੋ ਉਸ ਸਮੇਂ ਦੇ ਰਾਜਿਆਂ ਦੇ, ਤੇ ਹੁਣ ਤੁਸੀਂ ਇਹ ਸਟੈਚੂ ਦੇਖ ਸਕਦੇ ਹੋ। ਮੇਨ ਹੋਟ ਐਪ ਦਾ ਥਰਡ ਦਾ, ਜਿਹਨੇ ਕਿ ਰਾਜ ਕੀਤਾ ਸੀ 1386 ਤੋਂ ਲੈ ਕੇ, ਉਹਨਾਂ ਦਾ ਰੈਪਲੀਕਾ ਬਣਾਇਆ ਹੋਇਆ ਜੀ। ਮਿਸਰ ਦੇ ਦੇਵੀ ਦੇਵਤਿਆਂ ਨੂੰ ਇਸ ਜਗ੍ਹਾ ਉੱਪਰ ਲਗਾਇਆ ਗਿਆ ਜੀ। ਤੁਸੀਂ ਇਸ ਗੈਲਰੀ ਦੇ ਵਿੱਚ ਆ ਕੇ ਇਜਿਪਟ ਦੇ ਬਾਰੇ ਕਾਫੀ ਇਨਫੋਰਮੇਸ਼ਨ ਲੈ ਸਕਦੇ ਹੋ। ਆਓ ਜੀ ਹੁਣ ਆਪਾਂ ਉਸ ਮਮੀ ਦੇਖਦੇ ਹਾਂ ਜੋ ਕਿ ਇੱਕ ਰਾਜੇ ਦੀ ਹੈ, ਜਿਸਨੇ 322 BC ਤੋਂ ਲੈ ਕੇ 30 BC ਤੱਕ ਰਾਜ ਕੀਤਾ ਸੀ। ਹੁਣ ਆਪਾਂ ਦੇਖ ਸਕਦੇ ਹਾਂ ਜੀ ਮਮੀ। ਇਸ ਮੰਮੀ ਦਾ ਐਕਸਰੇ ਵੀ ਕੀਤਾ ਗਿਆ ਸੀ 2011 ਦੇ ਵਿੱਚ। ਆਪਾਂ ਜੀ ਮਿਊਜ਼ੀਕਲ ਇੰਸਟਰੂਮੈਂਟ ਦੇਖ ਸਕਦੇ ਹਾਂ ਜੋ ਕਿ ਸੰਭਾਲ ਕੇ ਰੱਖੇ ਹੋਏ ਨੇ ਜੀ ਇਸ ਐਲਬਰਟ ਹਾਲ ਮਿਊਜ਼ੀਅਮ ਦੇ ਵਿੱਚ। ਤਬਲਾ, ਢੋਲਕ,
ਅਸੀਂ ਪੜ੍ਹ ਸਕਦੇ ਹਾਂ ਜੀ। ਇਸ ਸਾਈਡ ਸਿਤਾਰ ਪਿਆ ਜੀ, ਵੀਣਾ, ਹੁਣ ਆਪਾਂ ਦੇਖ ਸਕਦੇ ਹਾਂ ਪੁਰਾਤਨ ਰੱਥ ਦਾ ਰੈਪਲੀਕਾ। ਸੈਂਪਲ ਹੈ ਜੀ ਯੋਗ ਦੀ, ਯੋਗ ਸਾਧਨਾ ਆਪਾਂ ਦੇਖ ਸਕਦੇ ਹਾਂ। ਅਲੱਗ ਅਲੱਗ ਤਰ੍ਹਾਂ ਨਾਲ ਯੋਗਾ ਕੀਤਾ ਜਾਂਦਾ ਸੀ। ਯੋਗਾ ਦੇ ਆਸਨ ਸੀਗੇ ਜਿਹੜੇ ਆਪਾਂ ਦੇਖੇ ਨੇ। ਨਾਈਨਟੀਨ ਸੈਂਚਰੀ ਦਾ ਦੇਵੀ ਦਾ ਮੁਖੌਟਾ, ਪੁਰਾਣੇ ਸਮੇਂ ਦੀ ਆਪਾਂ ਜੂਲਰੀ ਦੇਖ ਸਕਦੇ ਹਾਂ। ਇਹ ਦੇਖੋ ਉਸ ਸਮੇਂ ਦੇ ਕੜੇ ਨੇ, ਕੁਛ ਪੈਰਾਂ ਚ ਪਾਉਣ ਵਾਲੀਆਂ ਬਣਾਏ ਹੋਏ ਉਹ ਚੀਜ਼ਾਂ ਨੇ। ਇਹ ਕਿੰਨੀਆਂ ਹੈਵੀ ਨੇ, ਕਿੰਨੀਆਂ ਭਾਰੀ ਬਣੀਆਂ ਹੋਈਆਂ ਨੇ ਉਸ ਸਮੇਂ ਦੇ ਵਿੱਚ। ਜਿਹੜੀ ਜੇ ਸਰੀਰ ਵੱਡੇ ਵੱਡੇ ਸੀ ਤਾਂ ਉਹ ਵੱਡੇ ਵੱਡੇ ਗਹਿਣੇ ਵੀ ਪਾਏ ਜਾਂਦੇ ਸੀ ਉਸ ਸਮੇਂ ਦੇ ਵਿੱਚ ਜੀ। ਦੇਖੋ ਤੁਸੀਂ ਨੰਬਰ ਤੇ ਆਪਾਂ ਜੀ ਫੋਟੋ ਫਰੇਮ ਦੇਖ ਸਕਦੇ ਹਾਂ। ਫੋਰਥ ਨੰਬਰ ਤੇ ਆਪਾਂ ਦੇਖ ਸਕਦੇ ਹਾਂ ਪਾਲਕੀ ਦਾ ਸੈਂਪਲ, ਇੱਥੇ ਤੁਸੀਂ ਪੜ੍ਹ ਵੀ ਸਕਦੇ ਹੋ। ਸਟੇਸ਼ਨਰੀ ਕੇਸ ਫਸਟ ਨੰਬਰ ਤੇ, ਸੈਕਿੰਡ ਨੰਬਰ ਤੇ ਕੁਰਾਨ ਸਟੈਂਡ, ਥਰਡ ਨੰਬਰ ਤੇ ਪੈਨ ਬਾਕਸ। ਇਸ ਜਗ੍ਹਾ ਤੇ ਮੂਰਤੀਆਂ ਲਗਾਈਆਂ ਹੋਈਆਂ ਨੇ ਜੀ ਆਪਣੇ ਭਗਵਾਨ ਜੀ ਦੀਆਂ, ਸ੍ਰੀ ਵਿਸ਼ਨੂੰ ਭਗਵਾਨ ਜੀ ਤੁਸੀਂ ਦੇਖ ਸਕਦੇ ਹੋ। ਇਸ ਸਾਈਡ ਆਪਾਂ ਦੇਖ ਸਕਦੇ ਹਾਂ ਮਹਾਰਾਜਾ ਸਵਾਏ ਮਾਨ ਮਾਧੋ ਸਿੰਘ ਜੀ ਸੈਕਿੰਡ ਦੀਆਂ ਸਮਾਧੀ ਹੈ ਜੀ ਦਾ ਮਾਡਲ ਰੱਖਿਆ ਹੋਇਆ। ਇਧਰ ਸ਼੍ਰੀ ਗਣੇਸ਼ ਜੀ, ਸ਼ਿਵਲਿੰਗ ਰੱਖਿਆ ਹੋਇਆ ਜੀ। ਦੇਵੀ ਭਾਰੇ ਆਪਾਂ ਦੇਖ ਸਕਦੇ ਹਾਂ ਈਸਟ ਇੰਡੀਆ ਕੰਪਨੀ ਦੁਆਰਾ ਯੂਜ ਕੀਤੇ ਜਾਂਦੇ ਸਿੱਕੇ। ਆ
ਆਪਾਂ ਸਭ ਨੇ ਮਿਲ ਕੇ ਜੀ ਐਲਬਰਟ ਹਾਲ ਮਿਊਜ਼ੀਅਮ ਨੂੰ ਵਿਜ਼ਿਟ ਕਰ ਲਿਆ ਹੈ। ਬਹੁਤ ਵਧੀਆ, ਬਹੁਤ ਇਨਫੋਰਮੇਟਿਵ ਇਹ ਐਲਬਰਟ ਹਾਲ ਬਣਿਆ ਹੋਇਆ ਜੀ। ਜੇਕਰ ਤੁਸੀਂ ਜੈਪੁਰ ਆਓ ਤਾਂ ਇਸ ਜਗ੍ਹਾ ਨੂੰ ਘੁੰਮਣਾ ਨਾ ਭੁੱਲਿਓ ਜੀ। ਹੁਣ ਆਪਾਂ ਮਿਲਾਂਗੇ ਨਵੀਂ ਡੈਸਟੀਨੇਸ਼ਨ 'ਤੇ ਨਵੀਂ ਵੀਡੀਓ ਦੇ ਨਾਲ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਚੈਨਲ ਜੇਕਰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਜੀ ਬਾਏ।